नहीं तेनू तो कढूंगी तेनू। तू मेरी धी नू इत्थे दा रखणेगा औखी सी ते उत्थे भी औखी करती तू। यार कल्ली कल्ली गल दस के जाया कर, तेनू मैं इत्थे जाना इत्थों आउणा मैं। कोई ना होण दे घर गरीब, इहदा फाहा वढ के ते तू जस नाल गल करके ते तुसीं दोने आ जाओ। धक्के नाल करिया जिवें मर्जी करिया, हुण तुहानू इन्ना नहीं पता सी वी अगला पहला आपदी वड्डी कुड़ी दा ही करूगा। अगे वधना चाहुणा होणा पर इक शर्त है मेरी। ਹੋਰ ਕੀ ਆ, ਸਿੱਧੇ ਮੂੰਹ ਦਾ ਬੁਲਾਉਂਦੇ ਨਹੀਂ। ਹੁਣ ਤਾਂ 2 ਮਹੀਨੇ ਹੋ ਗਏ ਵਿਆਹ ਨੂੰ, ਹੁਣ ਤਾਂ ਸੁਧਰ ਜੋ। ਸੁਧਰ ਜੋ ਨਾ। ਮੰਮੀ ਕਦੋਂ ਆਉਣਗੇ ਨਾਲੇ? ਆ ਜਾਣਗੇ ਇੱਕ ਦੋ ਦਿਨਾਂ ਤੱਕ। ਤੇ ਤੈਨੂੰ ਏਡੀ ਕੀ ਗਾਲੀ ਹੋ ਰਹੀ ਆ? ਕੱਲੀ ਦਾ ਮੇਰਾ ਜੀ ਨਹੀਂ ਲੱਗਦਾ, ਤੁਸੀਂ ਤਾਂ ਬੁਲਾਉਂਦੇ ਨਹੀਂ, ਹੁਣ ਕਿਸੇ ਨਾਲ ਤਾਂ ਗੱਲਾਂ ਕਰਨੀਆਂ ਹੀ ਨੇ। ਬੁਲਾਉਣਾ ਤੈਨੂੰ ਸਭ ਕੁਝ ਬੁਲਾਉਣਾ ਜਸ਼ਨ, ਕਿਉਂ ਨਹੀਂ ਬੁਲਾਉਂਦਾ ਮੈਂ? ਨਾਲੇ ਹਰ ਵੇਲੇ ਇਹੀ ਰੱਟ ਜੀ ਨਾ ਲਾਈ ਰੱਖਿਆ ਕਰ, ਸਿੱਧੇ ਮੂੰਹ ਨਹੀਂ ਬੁਲਾਉਂਦਾ, ਸਿੱਧੇ ਮੂੰਹ ਨਹੀਂ ਬੁਲਾਉਂਦਾ, ਠੀਕ ਹੈ? ਕਿੱਥੇ ਜਾਣਾ ਤੁਸੀਂ ਹੁਣ? ਸੁਨਾਮ ਜਾਣਾ। ਮੈਂ ਕਹਿੰਦੀ ਸੀ ਪਿੰਡ ਨਾ ਜਾਈਏ ਮੰਮੀ ਕੋਲ। ਯਾਰ ਉੱਥੇ ਕੀ ਆ, ਪਿੰਡੇ ਰਹਿ ਕੇ ਆਈ ਇੰਨਾ ਟਾਈਮ? ਨਾਲੇ ਮੈਥੋਂ ਨਹੀਂ ਜਾਇਆ ਜਾਂਦਾ ਉੱਥੇ ਰੋਜ਼ ਰੋਜ਼, ਨਾ ਮੈਂ ਜਾਵਾਂ। ਪਹਿਲਾਂ ਤਾਂ ਬੜਾ ਜਾਂਦੇ ਸੀਗੇ ਬਹਾਨੇ ਲਾ ਲਾ ਕੇ। ਜਸ਼ਨ ਮੈਂ ਨਹੀਂ ਜਾਣਾ, ਠੀਕ ਆ? ਆਪ ਜਾਇਆ ਜਾ ਕੇ ਆਉਣਾ, ਮੈਂ ਨਹੀਂ ਜਾਂਦਾ। ਕਿਉਂ ਜਸ, ਕੱਲੀ ਕਿਉਂ ਭੱਗ ਜਾ? ਵਿਆਹ ਕਰਾਇਆ ਤੁਹਾਡੇ ਨਾਲ ਹੀ ਜਾਊਂਗੀ ਹੁਣ ਮੈਂ। ਯਾਰ ਮੇਰੇ ਕੋਲ ਨਹੀਂ ਹੈਗਾ ਫਾਲਤੂ ਟਾਈਮ ਚੰਗਾ। ਵਿਆਹ ਕਰਾਇਆ ਧੱਕੇ ਨਾਲ, ਵਿਆਹ ਕਰਾਇਆ ਧੱਕੇ ਨਾਲ ਕਰਿਆ ਜਿਵੇਂ ਮਰਜ਼ੀ ਕਰਿਆ, ਹੁਣ ਤੁਹਾਨੂੰ ਇੰਨਾ ਨਹੀਂ ਪਤਾ ਸੀ ਵੀ ਅਗਲਾ ਪਹਿਲਾਂ ਆਪਦੀ ਵੱਡੀ ਕੁੜੀ ਦਾ ਹੀ ਕਰੂਗਾ। ਯਾਰ ਤੇਰੇ ਨਾਲ ਤਾਂ ਨਾ ਮੱਥਾ ਮਾਰੀ ਗਲਤ ਆ, ਚਾਹ ਵੀ ਨਹੀਂ ਪੀਣੀ। ਹਾਂ ਹਾਂ, ਤੁਸੀਂ ਤਾਂ ਪ੍ਰੀਤ ਨਾਲ ਕਰ ਲਓ ਗੱਲ। ਮੈਂ ਤਾਂ ਆਪੇ ਮੱਥਾ ਮਾਰਿਆ ਗਲਤ ਹੈ ਮੇਰੇ ਨਾਲ ਤਾਂ। ਸਾਰਾ ਦਿਨ ਇਹ ਘਰ ਦੇ ਕੰਮ ਕਰੋ, ਨਾਲੇ ਫਿਰ ਵੀ ਚੰਗੀ ਨਿਆਮਦਾਰੀ ਦਿੰਦੇ ਨੇ। ਲੈ ਮੰਮੀ ਦਾ ਫੋਨ ਆ ਗਿਆ। ਹੈਲੋ ਹੈਲੋ, ਹਾਂ ਕਿਵੇਂ ਆ ਧੀ ਜਸਨ? ਮੰਮੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਆ? ਠੀਕ ਹਾਂ, ਤੁਸੀਂ ਦੱਸੋ? ਠੀਕ ਠਾਕ, ਵਧੀਆ। ਹੋਰ ਦੱਸ, ਤੇਰੇ ਕੀ ਹਾਲ ਚਾਲ ਨੇ? ਹੈਲੋ ਮੰਮੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਹਾਂਜੀ। ਹਾਂ ਬੇਟੇ, ਮੈਂ ਕਿਹਾ ਕਿਵੇਂ ਆ? ਠੀਕ ਹਾਂ, ਤੁਸੀਂ ਦੱਸੋ? ਠੀਕ ਹੈ ਬਸ, ਹੋਰ ਤੇਰੀ ਸੱਸ ਠੀਕ ਹੈ? ਹਾਂ ਮੰਮੀ ਠੀਕ ਹੈ, ਨਾਨਕੀ ਗਈ ਹੋਈ ਆ। ਜਸ ਤਾਂ ਬਾਹਰ ਗਿਆ, ਹੁਣ ਕਹਿੰਦਾ ਸੁਨਾਮ ਜਾ ਕੇ ਆਉਣਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਮੰਮੀ ਕੋਲੇ ਜਾ ਆਉਣਾ, ਮੇਰਾ ਜੀ ਕਰਦਾ ਸੀ ਤੁਹਾਨੂੰ ਮਿਲਣ ਨੂੰ। ਹਾਂ ਪੁੱਤ, ਤੂੰ ਆ ਜਾਂਦੀ ਫਿਰ ਮੈਨੂੰ ਮਿਲ ਜਾਂਦੀ। ਕਹਿੰਦਾ ਮੈਂ ਨਹੀਂ ਜਾਂਦਾ, ਤੂੰ ਜਾਣਾ ਭੱਜ ਜਾ। ਮੈਂ ਕਿਹਾ ਐਂ ਕਿਵੇਂ ਭੱਜ ਜਾ, ਵਿਆਹ ਕਰਾਇਆ ਤੇਰੇ ਨਾਲ ਹੀ ਜਾਊਂਗੀ ਮੈਂ ਤਾਂ। ਨਾਲੇ ਮੇਰੀ ਗੱਲ ਸੁਣੋ, ਕਹਿੰਦਾ ਮੇਰਾ ਤਾਂ ਧੱਕੇ ਨਾਲ ਵਿਆਹ ਕਰਿਆ। ਮੈਂ ਕਿਹਾ ਫਿਰ ਜਦੋਂ ਉਦੋਂ ਵਿਆਹ ਕਰਾਉਣਾ ਸੀ ਉਦੋਂ ਬੋਲ ਪੈਂਦਾ। ਉਹੀ ਤਾਂ ਗੱਲ ਹੈ ਪੁੱਤ, ਉਹਦੀ ਜਵਾਬ ਦੇ ਦਿੰਦਾ। ਮੈਨੂੰ ਨੀ ਪਤਾ, ਆਕੜ ਕੇ ਬਾਰੇ ਵਗ ਗਿਆ। ਹੁਣ ਮੈਨੂੰ ਦੱਸੋ ਮੈਂ ਕੀ ਕਰਾਂ। ਮੈਨੂੰ ਵੀ ਇਹੀ ਲੱਗਦਾ, ਇਹੀ ਲੱਗਦਾ ਇੱਥੇ ਆਉਣਾ ਹੀ ਪਊਗਾ। ਚੱਲ ਪੁੱਤ, ਤੂੰ ਕੁਛ ਨਹੀਂ ਹੁੰਦਾ, ਤੂੰ ਇਹਨੂੰ ਲਿਆਈ ਉਰੇ। ਚੱਲ ਦੇਖਦੀ ਆ ਜੇ ਮੰਨੂਗਾ। ਨਾਲੇ ਮੇਰੀ ਗੱਲ ਸੁਣ, ਮੰਮੀ, ਵਿਚੋਲੇ ਨੇ ਨਹੀਂ ਫੋਨ ਕਰਿਆ ਪ੍ਰੀਤ ਦੇ ਰਿਸ਼ਤੇ ਬਾਰੇ? ਚੱਲ ਮੈਂ ਕਰਦੀ ਆ ਉਹਨੂੰ ਵੀ ਫੋਨ ਫਿਰ। ਹਾਂ ਕਰ ਲਾ ਫਿਰ, ਨਾਲੇ ਆ ਜਾਾਂਗੇ ਅਸੀਂ, ਫਿਰ ਦੇਖ ਆਵਾਂਗੇ ਆਪਾਂ, ਇਹਦਾ ਵੀ ਕਰ ਦਾਂਗੇ, ਕੀ ਪਤਾ ਸੁਧਰੀ ਜਾਵੇ ਇਹਦੇ ਵਿਆਹ ਤੋਂ ਬਾਅਦ।
चल ठीक है मम्मी, ठीक है। चल पुत, मैं तेन आए कहनी है, जदों जस आ गया ना तो तू उन्हू कही भी आप मम्मी को चल के आना। चल ठीक, उही तो मैं कहनी है, सारा काम इसे ही है, कोई ना यदा भी फाहा बड़े ही लै। चल चंगा पुत, ठीक है, कोई ना, जिहड़े काम तो मैं डरदी सी उही काम कराता इन्हें कलमूही ने। नी प्रीत, नी सुनदा नी तैनू? हाँ जी मम्मी जी। हाँ जी मम्मी जी, की कराता ना तू उही कुछ? की करवाता? नी ओ देख ला, उन्हूं सीधे मूँह नहीं बनाउंदा जस। फिर इहदे च मेरा की कसूर है बेबे? नहीं, सारा तेरा ही कसूर है, होर कसूर मेरा? शुरू तो मेरा कसूर कर दी गई है तू, नाले मेरी गल सुन। मैं चंगा भला उन्हूं कहा सी ना भी आ जा, आके गल क्लीयर कर जा, जे इन्हें सच्चा आउंदा फिर आउंदा ना। आहो, तू तो सफाइयां दिंदी है, मैनूं पता ही है मेरी धी नूं इन्ना वधिया हो कहा सी, मसां उहदे मां प्यो ने मनाया सी मुंडे नूं, है जे हुण ब्याहती तू उत्थे भी नहीं कर दिंदी। बेबे मेरी कोई गलती नहीं, मैं तैनूं पहलां भी कहिंदी सी ते हुण भी कहिंदी आ। नहीं तू जड़ियां फोन ते गल्लां कर दिया ना, चोरियां चोरियां, यह सब तेरा ही करिया धरिया सारा कुछ। बेबे हुण मेरे कोले किहड़ा फोन है दसी? नहीं तू तो अख बजा के ओदी चक लैनी है, आ चक लैनी है, जे तेरे कोले नहीं तां फोन, जदों मैं माड़ा जिहा इधर उधर हुन्नी आ तू तां गेड़ा नहीं खाण दिंदी। बेबे कोई मैं किसी नूं फोन नहीं करदी, जे इन्ना शक है ना मेरे ते फोन घरे ना छड्ड के जाया कर। आहो, अजीब तां बथेरी लगी है, लुतरो। कोई ना, सादियां पचोले नूं मैं भी करदियां, तेरा भी फाहा बढ़दियां। बिना गल तो मेरा कसूर कड्डी होगी, दस बीच मेरा की कसूर हैगा, जदों मैं 50 वारी कहता भी आके गल क्लीयर कर जा, ना जस आवे। फोन ला के तो पुछा उन्हूं पचोले नूं, पुछदी हां फोन ला के की कहिंदा। इहदा तां फड्डा वाहा, इहदा फाहा बढ़ तां मेरी धी सौखी तां बसूगी। हाँ किवें भाई, ते मैं तेनूं ओह कहा सी तू आए नहीं मुड़के। बस यार सीजन दा टाइम चली जांदा, तुहानूं पता रिश्ते रुश्ते कराउंदे रहिंदे आ, टाइम नहीं लग्गिया। ते फिर हुण कदों आउणा है? बस बस मैं इक मुंडा हैगा मेरी निगाह दे विच भाल लिया विया, मैं थोड़े काम च ही फिरदा। अच्छा, किवें आ मुंडा? ਮੁੰਡਾ ਤਾਂ ਠੀਕ ਹੈ ਪਰ ਤੁਹਾਨੂੰ ਥੋੜੀ ਜਿਹੀ ਐਡਜਸਟਮੈਂਟ ਕਰਨੀ ਪੈਣੀ ਹੈ, ਮੁੰਡਾ ਥੋੜਾ ਜਿਹਾ ਗਰੀਬ ਕਰਵਾਏ। ਵੇ ਕੋਈ ਨਾ, ਕੁਛ ਨਹੀਂ ਹੁੰਦਾ ਗਰੀਬ ਗਰੂਬ ਦਾ ਤਾਂ, ਤੇ ਤੂੰ ਲਿਆ ਸਹੀ, ਇਹਦਾ ਫਾਹਾ ਵੱਢਣਾ ਮੈਂ। ਅੱਛਾ ਬਸ ਠੀਕ ਹੈ, ਤੁਹਾਨੂੰ ਮਨਜ਼ੂਰ ਹੈ? ਮਨਜ਼ੂਰ ਹੈ ਬਸ ਠੀਕ ਹੈ, ਫਿਰ ਕੋਈ ਨਹੀਂ ਮੈਂ ਆਉਣਾ, ਅੱਜ ਹੀ ਆ ਜਾਣਾ ਮੈਂ, ਮੁੰਡਾ ਦਿਖਾ ਜਾਣਾ ਤੁਹਾਨੂੰ। ਤੂੰ ਮੁੰਡਾ ਲਿਆ ਨਾਲ ਦਿਖਾ ਜਾ, ਤੇ ਬਸ ਮੈਂ ਤੈਨੂੰ ਉਡੀਕਦੀ ਹਾਂ। ਬਸ ਬਸ ਠੀਕ ਹੈ, ਫਿਰ ਤੁਸੀਂ ਐਂ ਕਰੋ ਚਾਹ ਤੇ ਚਾਹ ਬਣਾ ਕੇ ਰੱਖੋ ਤੇ ਬਾਅਦ ਮੈਂ ਆ ਗਿਆ। ਚਾਹ ਤਾਂ ਮੈਂ ਹੁਣ ਬਣਾ ਲੈਣੀ, ਤੂੰ ਛੇਤੀ ਆ ਜਾ। ਚੰਗਾ ਲੈ, ਆਹ ਵੀ ਕੰਮ ਵਧੀਆ ਬਣ ਗਿਆ, ਉਹ ਲੈ ਕੇ ਆਉਣਾ, ਇਹਨੂੰ ਤਾਂ ਫਾਹਾ ਵੱਢਾਂ, ਇਹਨੂੰ ਤੋਰੂੰਗੀ ਫਿਰ ਮੇਰੀ ਜਸਨ ਸੌਖੀ ਵਸੂਗੀ, ਇਹਨੇ ਕਲਮੂਹੀ ਨੇ ਜਿਹੜਾ ਮੇਰਾ ਉਹ ਕਰਿਆ। ਕੀ ਹੋ ਗਿਆ ਮੰਮੀ, ਕਿਹਨੇ ਬੋਲੀ ਜਾਂਦੀ ਸੀ? ਤੈਨੂੰ ਦੱਸਣਾ ਜ਼ਰੂਰੀ ਹੈ ਕਿ ਤੈਨੂੰ ਪੁੱਛਣਾ ਜ਼ਰੂਰੀ ਹੈ? ਕਿਸੇ ਮਰਜ਼ੀ ਨਾਲ ਬੋਲਾਂ ਮੈਂ? ਮੈਂ ਤਾਂ ਉਹ ਪੁੱਛੇ ਬੇਬੇ, ਕਾਹਤੋਂ ਬੋਲਦੀ ਹਾਂ? ਆਹੋ ਬੋਲ, ਪਿਆਰ ਨਾਲ ਬੋਲ ਪਿਆ ਕਰ, ਤੇਰਾ ਫਾਹਾ ਵੱਢੂੰਗੀ। ਮੇਰਾ ਫਾਹਾ ਵੱਢੂੰਗੀ? ਆਹੋ, ਮਤਲਬ? ਨਹੀਂ ਤੈਨੂੰ ਤੂੰ ਕੱਢੂਗੀ, ਤੈਨੂੰ, ਤੂੰ ਮੇਰੀ ਧੀ ਨੂੰ ਉੱਥੇ ਇੱਥੇ ਤਾਂ ਰੱਖਣੇ ਦਾ ਔਖੀ ਸੀ ਤੇ ਉੱਥੇ ਵੀ ਔਖੀ ਕਰਤੀ ਤੂੰ। ਬੇਬੇ ਮੈਂ ਕੁਛ ਨਹੀਂ ਕਰਿਆ, ਮੈਂ ਤੈਨੂੰ ਕਿੰਨੇ ਵਾਰ ਕਹਿਤਾ? ਕੋਈ ਨਾ, ਸੱਦੇ ਆ ਮੈਂ, ਤੇਰਾ ਫਾਹਾ ਵੱਢਦੀ ਹਾਂ ਕਲਮੂਹੀ ਦਾ। ਪਹਿਲਾਂ ਵੀ ਤਾਂ ਫਾਹੇ ਚੜਾਈ ਹੋਇਆ ਤੂੰ ਮੈਨੂੰ, ਹੋਰ ਵੱਢ ਦੇਗਾ। ਸ਼ੱਕਰ ਜੀ ਵੀ ਸੁੱਕ ਗਈ ਹੁਣ ਤਾਂ। ਆ ਗਏ ਦੱਸ ਤੁਸੀਂ? ਹਾਂ ਆ ਗਿਆ, ਦੱਸ ਕਿੱਥੇ ਗਏ ਸੀ? ਯਾਰ ਸੁਨਾਮ ਤਾਂ ਗਿਆ, ਤੈਨੂੰ ਦੱਸ ਕੇ ਤਾਂ ਗਿਆ ਮੈਂ ਜਾਂਦਾ ਹੋਇਆ। ਹੱਦ ਹੈ, ਮੈਂ ਕੁਛ ਪੁੱਛਿਆ ਤੁਹਾਡੇ ਤੋਂ? ਫਟਾਫਟ ਝਾੜੂ ਲਾ ਕੇ ਨਾ ਰੋਟੀ ਬਣਾ ਦਿੰਦੀ ਹਾਂ, ਮਨਾਉਂਗੀ ਜੇ ਮਨ ਜੇ ਮੰਮੀ ਕੋਲ ਜਾਣ ਨੂੰ। ਜਸ ਕਿੱਧਰ ਜਾ ਰਹੇ ਹੋ ਯਾਰ? ਤੇਰਾ ਟੋਕਣਾ ਜ਼ਰੂਰੀ ਹੁੰਦਾ?
हाय मैं की कहता हूं थोनू पूछा भी ना करा किथों आया किथे जाना जदों घरों बाहर निकल तो ओदी पूछन लग जानी है जसन तू फिर होर की पूछा ना क्यों हक नहीं मेरा यार कल्ली कल्ली गल दस के जाया करा तेनू मैं इथे जाना इथों आना मैं कल्ली कल्ली गल नहीं हुण तुसी आया तां देख लो वी हले 2 महीने मेरे ब्याह नु होए ने मम्मी घरे नहीं हैगे तुसी खड़ जो जे कोई होर आया मैं की गलबात करूं अगले नाल गलबात करूं मेरी गल सुन ला मैनू ना टोकया कर हर गल गल ते किथों आया किथे जाना यार पूछ ले फिर की हो गया है तो कर दियो तुसी यार तू पूछ ले बंदा एक बार पूछ ले हर बार पूछना होंदा किथे जाना किथे आया कदों आया कितना टाइम लग गया चलो यार दे जो निक्की निक्की गल दी डिटेल नाले ता थोड़ा सारा दिन घर दा काम कर दी नाले चंगी मैनू इनामदारी दिनी जे पूछ ले दस की है ओए आ जा भरावा किथे रह गया ओए आ गया यार चल करा चलिए पहली बहुत लेट आगे की हो गया कदा रौला पाया करे ओ यार रौला कह दा नहीं पाया किधर आवा किधर जावा किथे जाने हो किथे आने हो सारा दिन ही कन खाई जाऊ यार मेरे तो लड़दी है कह नू लड़दी आ किथे जाने हो की करते हो कली कली गल दस के जाओ इतने इन्हों यार उन्होंने पुछण का फर्ज बनता ठीक है एवं ना तंग होया कर एक गल होर जो हो गया हूँ मिट्टी पा हुण जिहड़ी हैगी अक्सैप्ट कर ला उन्होंने ठीक है फिर किवें मिट्टी पा दा बाबे करनी हो पैनी आ तू देख हुण सारी जिंदगी लड़ाइया कीतियां तां लंघनी नहीं मैनू तो सारा दिन रड़की जांदियां ने इह गल्लां यार ऐ नहीं है तैनू पता वा लस्सी नू तां लड़ाई नू जिन्ना वधाई जावांगे उन्नी वधी जाणी आ घटदी नहीं इह चीज़ तो मेरा वीर अक्सैप्ट कर इहनू करनी ही पैनी यार कल नू सपोज़ कर जे लड़ाई करदा वा तेरा नुकसान आ किसी का कुछ नहीं जाना जां उह कुड़ी दा जाना जां तेरा जाना तेरा नुकसान आ होर किसी दा नहीं कुछ अक्सैप्ट तैनू करनी हो पैनी अज नहीं तो कल और यार सोचा तो मैं भी आ पर मेरा दिल नहीं मानता ये गल्लां नूं दिल हौली हौली आपे मन जू ये तैनू भी पता कि तेरा ब्याह होया होना तो ब्याह नूं भी 2-3 महीने हो गया वो यार मैनू पता 2-3 महीने हो गए पर 2-3 महीनों च मैं तो कदे उहदे नाल हस की नहीं देखा है यार देख ये चीज़ां नहीं छड्ड सकदे आपां चाह के भी नहीं छड्ड सकदे ठीक है तो तू ऐ ना कर उहनां लड़िया ना कर चल जिवें भी यार लड़ाई माड़ी मोटी होंदी रहिंदी मियाँ बीबी च लड़ाई होंदी होंदी थोड़ी बहुत ठीक है चल जिवें भी आ तो बाकी ये चीज़ां हुण भुल के अक्सैप्ट कर वधिया जिंदगी जिओ यार तुसीं चल मैं सोचदा यार इहदे बारे चल जिहड़ा काम पहला करना उह चल चल बैठ चल चल लड़िया ना कर ठीक है चल चल कर देख दे सोचदा मैं तोड़ी पी मेथी ए नहीं भी डोंगलां जल्ड जल्ड करी जाऊगी जेड़े एक काम ते काम कड़ा छेती नमेड़दी है उत्थी बैठी रहूगी चल जसन नूं फोन करा देखदी हां करके उहनूं कहां हैलो हाँ पुत जसन होर किवें आ धीए ठीक है बस आए ना बोलिया कर पुत बोले जे मूँह नाल चल कोई ना तो मैं तेनों ऐ कहिंदी सी वो ना बचोले नूं फोन करिया सी मैं तो वह कहिंदा सी मुंडा मेरी निगाह च है घर तो गरीब ही है मैं आखा कोई ना होण दे घर गरीब इहदा फाहा वढ़ीए तो तू जसन नाल गल करके तो तुसीं दोने आ जाओ होर पुत चल ठीक है हुण कित्थे गया अच्छा चल कोई ना आजूगा तो तू गल कर ली भी मम्मी ने बुलाया तो आउणगे एक अद्धे दिन च वो कहिंदा सी मैं मुंडा नाल ही ले आऊँगा हाँ पुत होर ताही तां कहिंदी इहदा फाहा वढ़ांगे चल ठीक है हाँ तू कर ली जसन नाल गल ठीक है चंगा लै वधिया जसन नूं भी फोन करता तो वह कहिंदी जस आजूगा तो असीं दोने आ जाँगे तो बचोला भी आजूगा तो फाहा बढ़ दूंगी परे इन तो तोरूंगी इनू नहीं रखती मेरी धी सौखी बस जूगी जे तोरती पर कढ़ती इतों कलमू ही सब्जी की तैयारी कर मेथे जे चीरे पे ने कुछ की करा जस आ गए तुसी हाँ आ गए दर्शन मैं कित्थे गए सी यार मैं ना गुरजीत नाल गया सीगा तू कर दियां सब्जी की तैयारी कर दियां मेरी गल सुनो मम्मी दा फोन आया सी बुला रहे सीगे आपां जाना आईए यार जशन मैं नहीं जाना उत्थे तैनूं मैं पहला भी कहा क्यों जस एड्डी की गल होगी की बुरा हो गया मेरे पेकियां तो यार बुरा कुछ नहीं होया ठीक है पर मैं नहीं जाना तैनूं मैं दसता मैं अज बहुत सोचा मैं हुण आपदी जिंदगी च ना अगे वधना चाहुंदा
अगे वधना चाहुंदे हो तां ठीक है, पर मैं पेकियां नूं किवें अनगोला करदा वी मम्मी दा फोन आया सी। अच्छा वी मैं आपां जावांगे नहीं। यार मेरी सुन दशन, मैं अज सोचिया ठीक है, तेरे बारे भी सोचिया, बहुत कुछ सोचिया। मैं अगे वधना चाहुंदा हुणा, पर एक शर्त है मेरी। सत श्री अकाल जी सारियां नूं, उम्मीद करदे आ सारे ठीक ठाक होवोंगे। सो तुसीं जिहड़ी हुणे वीडियो देख के हटे हो, पहली गल तां कमेंट करके जरूर दस्सिओ कि तुहानूं किवें लगी, ते दूजी गल शेयर करना ना भुल्लिओ, ते तुसीं अपनी राय भी दे सकदे हो वी वीडियो विच की होना चाहीदा। असीं अपने वल्लों इक छोटा जिहा मैसेज देण दी कोशिश कीती आ, उम्मीद करदे आ कि तुहानूं पसंद आया होगा। ਅਤੇ ਤੁਸੀਂ ਇਹ ਵੀਡੀਓ ਨੂੰ ਸਿਰਫ ਇੱਕ ਵੀਡੀਓ ਸਮਝਿਆ ਕਰੋ, ਬਾਲਾ ਸੀਰੀਅਸ ਨਾ ਹੋਇਆ ਕਰੋ, ਅਤੇ ਆਂਟੀ ਨੂੰ ਬਹੁਤ ਪੁੱਠੀਆਂ ਸਿੱਧੀਆਂ ਗਾਲਾਂ ਨਾ ਕੱਢਿਆ ਕਰੋ ਕਿ ਆਂਟੀ ਨੂੰ ਇਹੋ ਜਿਹੇ, ਆਂਟੀ ਨੂੰ ਇਹੋ ਜਿਹੇ। ਇਹ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਾਂ ਅੱਜ ਕੱਲ੍ਹ ਘਰਾਂ ਦੇ ਵਿੱਚ ਜਿਵੇਂ ਹੁੰਦਾ ਬੱਚਿਆਂ ਨੂੰ, ਕੋਈ ਲੋਕ ਆਪਣੀ ਮਤਰੇਈ ਮਾਂ ਕੁਝ ਸਮਝਦੇ ਆ ਵੀ ਇਹ ਮਤਰੇਈ ਕੁੜੀ ਹੈ, ਬਟ ਨਹੀਂ, ਇਹ 'ਚ ਸਕੀਆਂ ਭੈਣਾਂ ਹੀ ਦਿਖਾਇਆ ਹੋਇਆ ਵੀ ਇਹ ਕਲੈਣੀ ਇਸ ਕਰਕੇ ਆ ਵੀ ਇਹ ਦੋ ਜੀਆਂ ਨੂੰ ਖਾ ਗਈ ਘਰਦਿਆਂ ਨੂੰ। ਸਿਰਫ ਇਹ ਐਕਟ ਹੈ, ਇੱਕ ਵੀਡੀਓ ਹੈ, ਨਾ ਕਿ ਸੀਰੀਅਸਲੀ ਕੋਈ ਸੱਚੀ ਦੀ ਕਹਾਣੀ ਹੈ। ਸਹੀ ਗੱਲ ਹੈ, ਵੀਡੀਓ ਨੂੰ ਵੀਡੀਓ ਤੌਰ 'ਤੇ ਦੇਖਿਆ ਕਰੋ, ਅਤੇ ਸ਼ੇਅਰ ਕਰਿਓ ਵੀਡੀਓ ਨੂੰ, ਕਮੈਂਟ ਜ਼ਰੂਰ ਕਰਕੇ ਜਾਇਓ, ਕਮੈਂਟ ਬਹੁਤ ਘੱਟ ਕਰਦੇ ਹੋ, ਸਬਸਕ੍ਰਾਈਬ ਕਰ ਲਿਓ, ਅਤੇ ਅੱਗੇ ਕੀ ਹੋ ਸਕਦਾ ਇਹ ਵੀ ਤੁਸੀਂ ਦੱਸ ਸਕਦੇ ਹੋ। ਠੀਕ ਹੈ, ਧੰਨਵਾਦ।